ਨੋਟੀ ਕਰੈਬ ਬਣਾਉਣ ਲਈ 30 ਸੈਂਟੀਮੀਟਰ ਲੰਬੀ ਅਤੇ 30 ਸੈਂਟੀਮੀਟਰ ਚੌੜੀ ਪੇਪਰ ਦੀ ਸਟ੍ਰਿਪ ਲਵੋ। ਇਸ ਦੇ ਦੋਨਾਂ ਸਿਰੇ ਫੜ ਕੇ ਇੱਕ ਸਾਦੀ ਰੀਡ ਲਗਾਓ, ਇੱਕ ਸਾਦੀ ਗੰਢ ਲਗਾਓ। ਦੋਨੋਂ ਪਾਸਿਆਂ ਨੂੰ ਹੌਲੀ ਹੌਲੀ ਖਿੱਚੋ, ਜਿੱਦਾਂ ਨਾਲ ਗੰਢ ਥੋੜ੍ਹੀ ਟਾਈਟ ਹੁੰਦੀ ਰਹੇ। ਗੱਠ ਨੂੰ ਚਪਟਾ ਕਰ ਦਵੋ ਅਤੇ ਤੁਹਾਨੂੰ ਕੇਂਦਰ ਵਿੱਚ ਪੈਂਟਾਗਨ ਨਜ਼ਰ ਆਵੇਗਾ। ਹੁਣ ਦੋਨੋਂ ਸਿਰਿਆਂ ਨੂੰ ਚਾਰ ਚਾਰ ਲਾਈਨਾਂ ਬਣਾਓ। ਕੈਂਚੀ ਦਾ ਕੱਟਣ 'ਤੇ ਕੈਂਚੀ ਨਾਲ ਕੱਟਣ 'ਤੇ ਤੁਹਾਨੂੰ ਦੋਨੋਂ ਸਿਰਿਆਂ 'ਤੇ ਪੰਜ ਪੰਜ ਪਤਲੀਆਂ ਫੱਟੀਆਂ ਵੇਖਣ ਨੂੰ ਮਿਲਣਗੀਆਂ। ਇਹ ਪੱਟੀਆਂ ਕੇਕੜੇ ਦੇ ਜਬੜੇ ਅਤੇ ਲੱਤਾਂ ਬਣਾਉਣਗੀਆਂ। ਦੋ ਉੱਪਰਲੀਆਂ ਪੱਟੀਆਂ ਨੂੰ ਉੱਪਰ ਨੂੰ ਮੋੜੋ ਅਤੇ ਫਿਰ 90 ਡਿਗਰੀ ਦੇ ਕੋਣ 'ਤੇ ਮੋੜ ਕੇ ਜਬੜੇ ਬਣਾਓ। ਸੱਜੇ ਅਤੇ ਖੱਬੇ ਪਾਸੇ ਦੀਆਂ ਚਾਰ ਚਾਰ ਪੱਟੀਆਂ ਨੂੰ ਮੋੜ ਕੇ ਲੱਤਾਂ ਬਣਾਓ। ਹੁਣ ਲੱਤਾਂ ਵਿੱਚ ਇੱਕ ਇੱਕ ਹੋਰ ਮੋੜ ਦਿਵੋ ਤਾਂ ਕਿ ਕੇਕੜੇ ਦੇ ਪੈਰ ਬਣ ਜਾਣ। ਕੈਂਚੀ ਲੈ ਕੇ ਦੋਵੇਂ ਜਬੜਿਆਂ ਵਿੱਚ ਤ੍ਰਿਕੋਣ ਕੱਟ ਦਿਵੋ ਤਾਂ ਕਿ ਉਹ ਸੱਚੀ ਮੁੱਚੀ ਦਾ ਕੇਕੜਾ ਲੱਗੇ। ਸਕੈਚ ਪੈਨ ਲੈ ਕੇ ਉਸ ਦੀਆਂ ਦੋ ਅੱਖਾਂ ਬਣਾਓ ਅਤੇ ਉਸ ਨੂੰ ਵੇਖੋ। ਇਹ ਬਹੁਤ ਖੂਬਸੂਰਤ ਲੱਗੇਗਾ।